ਬਿਸਮਿਲ੍ਲਾ ਰਹਿਮਾਨ ਰਹੀਮ ਅਸਲਾਮੁ ਅਲੈਕੁਮ ਕੀ ਹਾਲ ਚਾਲ ਹੈ ਤਮਾਮ ਭੈਣ ਭਾਈਆਂ ਦਾ ਉਮੀਦ ਕਰਨਾ ਸਾ ਠੀਕ ਹੋ ਸਨ ਜਿੱਥੇ ਵੀ ਉਹ ਖੁਸ਼ ਰਹੋ ਆਬਾਦ ਰਹੋ ਹਮੇਸ਼ਾ ਹੱਸਦੇ ਮੁਸਕਰਾਉਂਦੇ ਰਹੋ ਅਲਹਮਦੁਲਿਲਾ ਮੈਂ ਵੀ ਬਿਲਕੁਲ ਠੀਕ ਹਾਂ ਉਮੀਦ ਕਰਨਾ ਤੁਸੀਂ ਬਿਲਕੁਲ ਠੀਕ ਹੋ ਸੋ ਅਤੇ ਇੱਥੇ ਆਇਆ ਹਾਂ ਜੀ ਮਸਜਿਦ ਅਤੇ ਅੱਜ ਤੁਹਾਨੂੰ ਦੱਸਿਆ ਪਿਛਲੇ ਲੋਕ 'ਚ ਮਹਿਮਾਨ ਆ ਰਿਹਾ ਹੈਗਾ ਅਤੇ ਉਸ ਤੋਂ ਇਲਾਵਾ ਸ਼ਹਿਰ ਜਾਣਾ ਹੈ ਜੀ ਲੈ ਕੇ ਆਉਣਾ ਹੈ ਆਹ ਵਾਲਾ ਬੈਰੰਗ ਵੀ ਅਤੇ ਆ ਰਿਹਾ ਖਾਸ ਮਹਿਮਾਨ ਦੋਸਤ ਹੈ ਚੱਲ ਕੇ ਉਹਨੂੰ ਵੀ ਉੱਥੋਂ ਮਤਲਬ ਸਮਝੋ ਕਿ ਪਿੱਕ ਕਰਨਾ ਹੈਗਾ ਅਤੇ ਤੁਹਾਨੂੰ ਵਿਖਾਉਂਦੇ ਹਾਂ ਮਸਜਿਦ ਸੂਰਤ ਹਾਲ ਟਾਇਲਾਂ ਜਿਹੜੀਆਂ ਲੈ ਕੇ ਆ ਗਿਆ ਅਤੇ ਮਾਸ਼ਾ ਅੱਲਾ ਅਤੇ ਸ਼ਹਿਰ ਕਿਤੇ ਗਏ ਚਾਚੂ ਅੰਦਰ ਸ਼ਹਿਰ ਸਰ ਕਿੱਥੇ ਹੋ ਇੱਧਰ ਵੀ ਨਹੀਂ ਸ਼ਾਇਦ ਅਸਲਾਮ ਅਲੈਕੁਮ ਕੀ ਹਾਲ ਨੇ ਸਰ ਜੀ ਮਾਸ਼ਾ ਸੁਬਹ ਸੁਬਹ ਹੀ ਆ ਗਏ ਸਹੀ ਕੋਈ ਨਹੀਂ ਅੱਲਾ ਖੈਰ ਕਰੇਗਾ ਬਾਕੀ ਇਹ ਸਰ ਜੀ ਅੱਜ ਮੈਂ ਜਾ ਕੇ ਨਾ ਤੁਹਾਡਾ ਜਿਹੜਾ ਬਹੁਤ ਹੀ ਕੀਮਤੀ ਹੈ ਇਹਦੀ ਵਜ੍ਹਾ ਤੂੰ ਯਕੀਨ ਕਰੋ ਸਮਝੋ ਕਿ ਸਾਰਾ ਕੰਮ ਜਿਹੜਾ ਨਾ ਰੁਕ ਗਿਆ ਅਤੇ ਬਾਕੀ ਸ਼ੁਕਰੀਆ ਬਾਈ ਜਾਨ ਬੜੀ ਬੜੀ ਮਿਹਰਬਾਨੀ ਤਾਵਨ ਲਈ ਲੇਕਿਨ ਇਨਸ਼ਾਅੱਲਾ ਅੱਲਾ ਨੇ ਜਾਇਆ ਕਿਉਂਕਿ ਨਾ ਵਜ਼ੂ ਖਾਨਾ ਮਾਸ਼ਾਅੱਲਾ ਕਲੀਅਰ ਹੋ ਗਿਆ ਅੱਛਾ ਜਿਹੜਾ ਡਿਜ਼ਾਇਨ ਹੈ ਉਹ ਦੂਜੀਆਂ ਇੱਟਾਂ 'ਤੇ ਲਾ ਦੇਣਾ ਸਹੀ ਕੋਈ ਨਹੀਂ ਅੱਲਾ ਖੈਰ ਕਰੇਗਾ ਬਾਕੀ ਕੋਈ ਨਹੀਂ ਆ ਜਿਹੜਾ ਟੋਟਲ ਪੱਥਰ ਦਾ ਕੰਮ ਬਾਈ ਹੋਰ ਨੇ ਕਿਹਾ ਮੁਕੰਮਲ ਸਟਾਰਟਿੰਗ ਵਗੈਰਾ ਹੀ ਲੱਗ ਜਾਏਗੀ ਕੋਈ ਨਹੀਂ ਦਿਲ ਸ਼ਾਇਦ ਤੈਨੂੰ ਘਰਾਂ ਦਿਲ ਮੇਰਾ ਕਰਦਾ ਪਿਆ ਲੈ ਕੇ ਚੇਤੀ ਚੇਤੀ ਆ ਬਾਈ ਕਿਉਂਕਿ ਨਾ ਸਰ ਅਤੇ ਪਰਸੋਂ ਮੈਂ ਅਤੇ ਬਾਈ ਸ਼ਾਇਦ ਦੋਨੋਂ ਇਹ ਤਾਂ ਪੂਰੇ ਸਮਝੋ ਆਪਣੇ ਪਿੰਡ 'ਚੋਂ ਲੱਭ 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 ਕੇ ਸਾਨੂੰ ਇਹ ਛੋਟਾ ਜਿਹਾ ਬੈਰੰਗ ਨਹੀਂ ਲੱਭਾ ਅਤੇ ਬੈਰੰਗ ਆ ਨਾ 60 ਰੁਪਏ ਦਾ ਖਰਚਾ ਇਹਦੇ 'ਤੇ ਆ ਜਾਂਦਾ 700-800 ਰੁਪਇਆ ਦਿਨ ਮਾਸ਼ਾਅੱਲਾ ਕਾਫੀ ਨਿਕਲਿਆ ਹੋਇਆ ਹੈਗਾ ਅਤੇ ਮੌਸਮ ਬਿਲਕੁਲ ਵੇਖੋ ਮਾਸ਼ਾਅੱਲਾ ਸਾਫ਼ ਹੈਗਾ ਹੁਣ ਚੱਲਿਆ ਜੀ ਮੈਂ ਸਾਹਿਬਵਾਲ ਸ਼ਹਿਰ ਇੱਕ ਤੋਂ ਬੈਰੰਗ ਲੈਣਾ ਹੈਗਾ ਉਸ ਤੋਂ ਇਲਾਵਾ ਮਹਿਮਾਨ ਆਇਆ ਉਹਨੂੰ ਲੈ ਕੇ ਆਉਣਾ ਚੱਲਦੇ ਹਾਂ ਰਸਤੇ 'ਚ ਜਾਂ ਫਿਰ ਉੱਥੇ ਪਹੁੰਚ ਕੇ ਅਤੇ ਮੁਲਾਕਾਤ ਹੋਏਗੀ ਚੱਲਦੇ ਹਾਂ ਕਹਿੰਦਾ ਐਨਕ ਦਾ ਕੋਈ ਹਿਸਾਬ ਨਹੀਂ ਲੱਗ ਰਿਹਾ ਲੱਗਦੀ ਹੈ ਇਸ ਪਾਸੋਂ ਡੀਂਗੀ ਪਤਾ ਨਹੀਂ ਕੀ ਖੈਰ ਜੋ ਵੀ ਹੈਗੇ ਵੀ ਬਾਅਦ 'ਚ ਵੇਖਾਂਗੇ ਅਤੇ ਖਲੋਤਾ ਅਤੇ ਮੋਟਰਸਾਈਕਲ ਦਾ ਜਿਹੜਾ ਨੰਬਰ ਅਗਲਾ ਲਵਾਉਣ ਲੱਗਾ ਕਿਉਂ ਇਕੱਲਾ ਜਾ ਰਿਹਾ ਅਤੇ ਪੁਲਿਸ ਡੱਕ ਡੁੱਕ ਲੈਂਦੀ ਇਸ ਕਰਕੇ ਇਹਨੂੰ ਕਸਾ ਲੈਂਦੇ ਹਾਂ ਅਤੇ ਅੱਗੋਂ ਲਵਾ ਕੇ ਅਤੇ ਫਿਰ ਚੱਲਦੇ ਹਾਂ ਆ ਇੱਥੇ ਕਰਾ ਲਾਂਗੇ ਪਹਿਲੇ ਕਸਾ ਲੈਂਦੇ ਹਾਂ ਵੇਖੋ ਜੀ ਸੂਰਤ ਹਾਲ ਪਾਣੀ ਨਾਲ ਵਿੱਚੋਂ ਲੰਘ ਕੇ ਜਾਣਾ ਪੈਣਾ ਹੈਗਾ ਕੀ ਬਣੇਗਾ ਚੱਲਦੇ ਹਾਂ ਹਾਂਜੀ ਅਤੇ ਜਿਹੜੇ ਮਹਿਮਾਨ ਨੂੰ ਲੈਣਾ ਸੀ ਮਹਿਮਾਨ ਨੂੰ ਵੀ ਲੈ ਲਿਆ ਅਤੇ ਬੈਰੰਗ ਜਿਹੜੇ ਨੇ ਲੈ ਲਿਆ ਉਹ ਵੀ ਲੈ ਲੈ ਨੇ ਮਾਸ਼ਾਅੱਲਾ ਮੌਸਮ ਵੀ ਇੰਨਾ ਕਾਫੀ ਪਿਆਰਾ ਬਣਿਆ ਹੋਇਆ ਹੈਗਾ ਖੈਰ ਚੱਲਦੇ ਹਾਂ ਜੀ ਫਿਰ ਇਨਸ਼ਾਅੱਲਾ ਦਰਿਆ 'ਤੇ ਜਾਂ ਘਰੇ ਪਹੁੰਚ ਕੇ ਮੁਲਾਕਾਤ ਹੋਏਗੀ ਵਾਪਸ ਪਹੁੰਚਿਆ ਅਤੇ ਅੱਜ ਪੱਕ ਰਹੇ ਨੇ ਜੀ ਆਲੂ ਗੋਭੀ ਅਤੇ ਰੋਟੀਆਂ ਜਿਹੜੀਆਂ ਨਾ ਪਾਉਂਦੀਆਂ ਨੇ ਆਟਾ ਮਾਸ਼ਾਅੱਲਾ ਜੀ ਬਹੁਤ ਜ਼ਿਆਦਾ ਘੁੰਮਿਆ ਗਿਆ ਵੇਖੋ ਮਾਸ਼ਾਅੱਲਾ ਵੇਖੋ ਰੋਟੀਆਂ ਵਿੱਚ ਲੱਗੀਆਂ ਪਈਆਂ ਅਤੇ ਹੁਣ ਚੱਲਿਆ ਜੀ ਮੈਂ ਟੂਵਲ 'ਤੇ ਚੱਲਦੇ ਹਾਂ ਜਾ ਕੇ ਉੱਥੇ ਬੈਰੰਗ ਦੇ ਕੇ ਆਉਣਾ ਤਾਂ ਕਿ ਉਹ ਕੰਮ ਕੁੰਮ ਕਰਨ ਚੱਲਦੇ ਹਾਂ ਅਤੇ ਆ ਗਿਆ ਜੀ ਮਸਜਿਦ ਅਤੇ ਮਾਸ਼ਾਅੱਲਾ ਕੰਮ ਜਿਹੜਾ ਨਾ ਫਿਲਹਾਲ ਤਾਂ ਇਹ ਸ਼ੇਪ ਹੀ ਬਣਾਉਣਾ ਹੈਗਾ ਬਾਈ ਹੋਰਾਂ ਨਾਲ ਗੱਲ ਕਰ ਲੈਂਦੇ ਹਾਂ ਕਿ ਚੇਂਜ ਕਰ ਦੇਣ ਬਿਹਤਰ ਹੈ ਆ ਗਿਆ ਅਸਲਾਮੁ ਅਲੈਕੁਮ ਸਰ ਜੀ ਕੀ ਹਾਲ ਨੇ ਰੋਟੀ ਸ਼ੋਟੀ ਖਾ ਲਈ ਅੱਛਾ ਸਰ ਜੀ ਆਹ ਤੁਹਾਡਾ ਸਮਾਨ ਸੌ ਤਾਂ ਆਏ ਨਹੀਂ ਇੱਥੇ ਆਪਾਂ 500 ਦਾ ਤੇਲ ਫੂਕ ਚੜਿਆ ਸਿਰਫ ਲੱਭਦੇ ਲੱਭਦੇ ਹਾਂ ਅਤੇ ਨਾ ਹੁਣ ਅੱਜ ਜਿਹੜਾ ਪੱਥਰ ਦਾ ਕੰਮ ਯਾਰ ਕੋਸ਼ਿਸ਼ ਕਰ ਕਿ ਮੁਕੰਮਲ ਹੋ ਜਾਵੇ ਬਾਕੀ ਵੇਖਾਂਗੇ ਅੱਲਾ ਖੈਰ ਕਰ ਸੀ
ਅੱਛਾ ਇੱਕ ਤਾਂ ਬੋਰੀ ਪਈ ਸੀਮੈਂਟ ਦੀ, ਅੱਧੀ ਬੋਰੀ ਚਿੱਟਾ ਸੀਮੈਂਟ ਦੀ ਤੇ ਹੋਰ ਕੀ ਲਾਣਾ? ਹਾਂ ਚਿੱਟਾ ਸੀਮੈਂਟ ਲਿਆ ਦੇ ਤੇ ਵੈਪਰ ਲਿਆ ਦੇ। ਵੈਪਰ ਫੋਮ ਆਮ ਹੀ, ਹੋਰ ਉਸ ਤੋਂ ਇਲਾਵਾ ਸਹੀ ਹੋ ਗਿਆ। ਬਾਕੀ ਦੂਆ ਸੀਮੈਂਟ ਚਾਹੀਦਾ ਕਿ ਨਹੀਂ ਚਾਹੀਦਾ ਉਸ ਵਾਸਤੇ ਜਾਂ ਉਹਦੀ ਸਾਈਡ ਵਾਸਤੇ? ਕਿਉਂ ਪੂਰਾ ਆ ਰਿਹਾ ਸੀ? ਚਲੋ ਠੀਕ ਹੋ ਗਿਆ, ਚੱਲਦੇ ਹਾਂ ਭਾਈ। ਸ਼ਾਇਦ ਜਿਹੜੇ ਨਾ ਖੋਲਣ ਲੱਗਿਆ ਆਪਣਾ ਹਥਿਆਰ ਜਿਹਾ ਡਰਿੱਲ, ਇਹਦੇ ਨਾਲ ਨਾ ਪੱਥਰ ਵਗੈਰਾ ਖਰੀਦਣਾ। ਆ ਕੀ ਥੱਲੇ ਡਿੱਗ ਗਿਆ ਮੁੜੋ ਨਾ ਲੱਭਦੇ ਬਸ ਹੈ। ਹਾਂ ਚਲੋ ਤੂੰ ਇਹ ਸ਼ੁਰੂ ਕਰ ਅਤੇ ਮੈਂ ਫਿਰ ਉਹਨਾਂ ਥੋੜ੍ਹੇ ਦਿਨ। ਠੀਕ ਸ਼ਾਇਦ ਬਾਈ, ਓਕੇ ਬੂਜੀ, ਫਿਰ ਤੁਸੀਂ ਇੱਥੇ ਕਰਵਾਓ ਕੰਮ ਸ਼ਾਮ, ਫਿਰ ਮੈਂ ਉਹਨਾਂ।